ਤੰਗ ਡਾ ਰਹੇ ਨਾਲੇ ਬਸੰਤ ਪੰਚਮੀ ਮਨਾ ਰਹੇ ਹਾਂ ਤੇ ਨਾਲੇ ਡਰੋਨ ਸੁੱਟਣ ਵਾਸਤੇ ਡਾ ਰਹੇ ਹਾਂ। ਇਹਦੇ ਨਾਲ ਡਰੋਨ ਨੀਚੇ ਆ ਜਾਏਗਾ, ਡਰੋਨ ਇਹਦੇ ਨਾਲ ਅੱਡ ਜਾਏਗਾ ਨਾ ਨੀਚੇ ਪੈਂ ਕੇ ਛੱਡੇਗੇ ਅੱਜ ਉਸਕੋ ਡਰੋਨ ਕੋ ਜਿਹੜਾ ਮਰਜ਼ੀ ਆ ਜਾਏ ਡਰੋਨ, ਅੱਜ ਡਰਨਾ ਨਹੀਂ ਆ, ਅੱਜ ਅਸੀਂ ਡਰੋਨ ਸੁੱਟ ਕੇ ਫੇਰ ਹੀ ਹਟਣਾ। ਸਰਕਾਰ ਨੇ ਤਾਕਤ ਲਾਈ ਤੇ ਅਸੀਂ ਜਗਾੜ ਲਾਇਆ, ਕਿਸਾਨ ਜੱਟ ਜਗਾੜੀ ਹੁੰਦਾ, ਜੇ ਅਸੀਂ ਪੂਰੇ ਦੇਸ਼ ਨੂੰ ਨਾਜ ਪੈਦਾ ਕਰਕੇ ਦੇ ਸਕਦੇ ਹਾਂ ਤੇ ਇਹਦਾ ਡਰੋਨ ਵੀ ਸੁੱਟ ਸਕਦੇ ਹਾਂ। ਹੋਰ ਲਿਆ ਬੰਬ ਸੁੱਟ ਕਿੰਨੇ ਸੁੱਟੇ ਜਾਂਦੇ, ਅਸੀਂ ਲੜਾਂਗੇ, ਦਿੱਲੀ ਜਾਵਾਂਗੇ, ਤੇਰੇ ਵਾਅਦੇ ਦਾਅਵੇ ਤੂੰ ਜਾ ਕੇ ਆਵਾਂਗੇ, ਡਰੋਨ ਨਾਲ ਗੋਲੇ ਸੁੱਟ ਕੇ ਜਾਂਦੇ ਆ, ਜਿੱਥੇ ਸੰਗਤ ਦਾ ਇਕੱਠ ਹੁੰਦਾ ਉੱਥੇ ਗੋਲੇ ਸੁੱਟ ਕੇ ਜਾਂਦੇ ਆ ਜੀ। ਇਹਨਾਂ ਨਾਲ ਇਹ ਵੀਰਾਂ ਨੇ ਫਿਰ ਗੁੱਡੀਆਂ ਡਾਈਆਂ ਵਾ ਵੀ ਡਰੋਨ ਨੂੰ ਸੁੱਟਣ ਵਾਸਤੇ ਡਾਈਆਂ, ਡਰੋਨ ਨਾਲ ਡੋਰ ਡਾ ਕੇ ਤੇ ਉਹਨੂੰ ਥੱਲੇ ਸੁੱਟਣ ਵਾਸਤੇ ਗੁੱਡੀਆਂ ਡਾਈਆਂ ਜਾ ਰਹੀਆਂ ਜੀ। ਤੇ ਖੁਸ਼ੀ ਨੀ ਆ ਜੀ, ਇਹ ਹੁਣ ਬਸੰਤ ਪੰਚਮੀ ਇੱਕ ਖੁਸ਼ੀ ਦੇ ਤੌਰ ਤੇ ਮਨਾਈ ਜਾਂਦੀ ਆ, ਇੱਥੇ ਵੇਖੋ ਕਿਸਾਨਾਂ ਦੇ ਨਾਲ ਧੱਕਾ ਕਰ ਰਹੇ ਆ ਜੀ, ਬਹੁਤ ਜ਼ਿਆਦਾ ਧੱਕਾ ਕਰ ਰਹੇ ਆ, ਉਧਰੋਂ ਗੈਸ ਦੇ ਜ਼ਹਿਰੀਲੀ ਗੈਸ ਦੇ ਗੋਲੇ ਸੁੱਟ ਰਹੇ ਆ ਜਣੀ, ਕਿਸਾਨਾਂ ਨੂੰ ਸਾਹ ਨਹੀਂ ਆ ਰਿਹਾ, ਇਹ ਕਿਸਾਨਾਂ ਨਾਲ ਬਹੁਤ ਹੀ ਜ਼ਿਆਦਾ ਧੱਕਾ ਕਰ ਰਿਹਾ, ਡਰੋਨ ਰਾਹੀਂ ਗੋਲੇ ਸੁੱਟ ਰਹੇ ਨੇ, ਉੱਦਾਂ ਫਾਇਰਿੰਗ ਜੀ ਕਰ ਰਹੇ ਨੇ, ਪਲਾਸਟਿਕ ਦੀਆਂ ਗੋਲੀਆਂ ਮਾਰ ਰਹੇ ਨੇ ਪੱਟਾਂ 'ਚ, 100-150 ਮੁੰਡਾ ਇਹਨਾਂ ਨੇ ਜ਼ਖਮੀ ਕਰਕੇ ਸੁੱਟ ਦਿੱਤਾ ਵਾ। ਇਸ ਕਰਕੇ ਹੁਣ ਜਿਹੜੇ ਕਿਸਾਨ ਵੀਰ ਆ ਪ੍ਰਬੰਧ ਕਰ ਰਹੇ ਆ, ਗਿੱਲੀਆਂ ਬੋਰੀਆਂ ਕਰਕੇ ਰੱਖੀਆਂ ਵਾ, ਪਾਣੀ ਦੇ ਟੈਂਕਰ ਆ, ਪੈਂਪਾਂ ਸਪਰੇਆਂ ਵਾਲੀਆਂ ਲੱਗੀਆਂ ਪਈਆਂ ਵਾ ਵੀ ਗੋਲਿਆਂ ਦੇ ਧੂੰਏ ਤੋਂ ਬਚਾਅ ਕਰਨ ਵਾਸਤੇ ਜੀ, ਬਹੁਤ ਜ਼ਿਆਦਾ ਧੱਕਾ ਕਰ ਰਹੇ ਆ ਜੀ। ਕਿਸਾਨ ਆਪਣੇ ਹੱਕ ਲੈਣ ਵਾਸਤੇ ਇੱਥੇ ਆਏ ਆ ਤੇ ਇਹ ਨਜਾਇਜ਼ ਧੱਕਾ ਕਰ ਰਹੇ ਆ ਵੀ ਜਿਵੇਂ ਹਿੰਦੁਸਤਾਨ ਦੇ ਬਾਹਰੋਂ ਆਏ ਹੁੰਦੇ ਆ ਜੀ, ਅਸੀਂ ਹਿੰਦੁਸਤਾਨੀ ਆ ਜੀ, ਪੰਜਾਬ ਵੀ ਹਿੰਦੁਸਤਾਨ ਦੇ ਵਿੱਚ ਹੀ ਆਉਂਦਾ ਜੀ, ਇਹ ਬਾਹਰੋਂ ਕਿਹੜਾ ਆਇਆ ਇੱਥੇ ਆਪਣੇ ਹੱਕ ਲੈਣ ਵਾਸਤੇ ਆਇਆ, ਇਹ ਇਹਨਾਂ ਨੇ ਧੱਕਾ ਕਰ ਰਹੇ ਨੇ, ਗੈਸ ਦੇ ਗੋਲੇ ਮਾਰ ਰਹੇ ਨੇ, ਪਟਾਕੇ ਮਾਰ ਰਹੇ ਨੇ, ਕੱਚੀਆਂ ਗੋਲੀਆਂ ਮਾਰ ਰਹੇ ਨੇ ਪੱਟਾਂ ਦੇ ਵਿੱਚ।